ਤੁਸੀਂ ਕੀ ਕਹਿ ਰਹੇ ਹੋ ਦੀ ਸਹਿਜ ਤੇਰੇ ਵਿਕਰਮ ਤੇ ਕਬੀਰ ਦੇ ਵਿੱਚ ਜੋ ਲੜਾਈ ਹੋ ਰਹੀ ਸੀ ਮੈਂ ਸਾਫ਼ ਸਾਫ਼ ਦੇਖਿਆ ਤੇ ਸੁਣਿਆ ਕਿ ਵਿਕਰਮ ਤੇਰਾ ਐਕਸ ਹੀ ਕੋਲ ਸਹਿਜ ਮੈਂ ਤੇਰੀ ਮੂੰਹੋਂ ਸੱਚ ਸੁਣਨਾ ਚਾਹੁੰਦੀ ਹਾਂ ਤੇ ਤੁਸੀਂ ਜੋ ਮੇਰੇ ਤੇ ਵਿਕਰਮ ਬਾਰੇ ਸੁਣਿਆ ਤੁਸੀਂ ਉਹਨੂੰ ਸੁਣ ਕੇ ਨਾਰਾਜ਼ ਤਾਂ ਨਹੀਂ ਜ਼ਰੂਰੀ ਇਹ ਨਹੀਂ ਹੈ ਸਹਿਜ ਕਿ ਮੈਂ ਨਾਰਾਜ਼ ਹਾਂ ਜਾਂ ਨਹੀਂ ਹਾਂ ਜ਼ਰੂਰੀ ਇਹ ਹੈ ਕਿ ਮੈਂ ਤੇਰੇ ਮੂੰਹੋਂ ਸੱਚ ਸੁਣਨਾ ਚਾਹੁੰਦੀ ਹਾਂ ਤੁਸੀਂ ਸੱਚ ਸੁਣਨਾ ਚਾਹੁੰਦੇ ਹੋ ਨਾ ਆਈਲ ਟੈਲ ਯੂ ਦ ਟਰੁੱਥ ਤਾਂ ਸੁਣੋ ਵਿਕਰਮ ਨੇ ਮੇਰੇ ਵਰਗੀ ਪਤਾ ਨਹੀਂ ਹੋਰ ਕਿੰਨੀ ਕੁੜੀਆਂ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਹੈ ਉਹਨਾਂ ਨੂੰ ਝੂਠੇ ਪਿਆਰ ਦੇ ਨਾਟਕ 'ਚ ਫਸਾ ਕੇ ਉਹਨਾਂ ਵਿੱਚੋਂ ਇੱਕ ਕੁੜੀ ਨੂੰ ਤਾਂ ਮੈਂ ਪਰਸਨਲੀ ਜਾਣਦੀ ਹਾਂ ਵਿਕਰਮ ਅਤੇ ਮੈਂ ਇੱਕ ਹੀ ਕਾਲਜ 'ਚ ਪੜ੍ਹਦੇ ਹੁੰਦੇ ਸੀ ਉਹਨੇ ਝੂਠ ਬੋਲ ਕੇ ਮੇਰੇ ਨਾਲ ਦੋਸਤੀ ਕੀਤੀ ਪਰ ਮੈਂ ਵਿਕਰਮ ਦੇ ਇੰਨੀ ਵਾਰ ਕਹਿਣ ਦੇ ਬਾਵਜੂਦ ਵੀ ਉਹਨੂੰ ਕਦੇ ਬਾਹਰ ਮਿਲਣ ਨਹੀਂ ਗਈ ਨਾ ਤੂੰ ਗੱਡੀ 'ਚ ਬੈਠੀ ਤੇ ਨਾ ਹੁਣ ਤੱਕ ਯੂ ਨੋ ਵਟ ਆਈ ਮੀਨ ਮੇਰੀਆਂ ਹੁਣ ਤੱਕ ਜਿੰਨੀਆਂ ਵੀ ਗਰਲਫ੍ਰੈਂਡਸ ਰਹੀਆਂ ਨਾ ਮੇਰਾ ਇੱਕ ਵੀ ਗੱਲ ਖਾਲ ਨਹੀਂ ਗਿਆ ਉਸੇ ਇੱਜ਼ਤ ਕਰਕੇ ਤੈਨੂੰ ਕਹਿ ਰਿਹਾ ਕਿ ਮੈਨੂੰ ਇੱਕ ਵਾਰੀ ਮਿਲ ਲੈ ਅਦਰਵਾਈਜ਼ ਮੇਰੇ ਕੋਲ ਨਾ ਆਪਣੀ ਸੈਲਫੀਜ਼ ਨਹੀਂ ਮੈਂ ਵਾਇਰਲ ਕਰ ਦਾਂਗਾ ਬਸ ਮੇਰੀ ਫੋਟੋਜ਼ ਡਿਲੀਟ ਕਰ ਦੇ ਪਲੀਜ਼ ਨਾਈਟ ਆਊਟ ਨਾ ਸਹੀ ਪਰ ਤੈਨੂੰ ਟ੍ਰੀਟ ਦੇਣੀ ਪੈਣੀ ਕਦੋਂ ਕਿੱਥੇ ਮਿਲਣਾ ਹੈ ਉਹ ਮੈਂ ਡਿਸਾਈਡ ਕਰਕੇ ਦੱਸਾਂਗਾ ਦੀਪ ਟਰਸਟ ਮੀ ਮੈਨੂੰ ਨਹੀਂ ਪਤਾ ਸੀ ਕਿ ਵਿਕਰਮ ਦਾ ਵਿਆਹ ਮਹਿਰ ਨਾਲ ਹੋਣ ਲੱਗਾ ਜੇ ਮੈਨੂੰ ਇਹ ਪਤਾ ਹੁੰਦਾ ਨਾ ਤਾਂ ਮੈਂ ਇਹ ਵਿਆਹ ਕਦੇ ਵੀ ਨਾ ਹੋਣ ਦਿੰਦੀ ਤੇ ਜਦੋਂ ਮੈਂ ਵਿਆਹ ਕਰਕੇ ਕਬੀਰ ਨਾਲ ਇਸ ਘਰ 'ਚ ਆਈ ਨਾ ਤਾਂ ਮੈਨੂੰ ਨਹੀਂ ਪਤਾ ਸੀ ਕਿ ਵਿਕਰਮ ਇਸ ਘਰ ਦਾ ਬੇਟਾ ਕਿਉਂਕਿ ਮੈਂ ਆਪਣੇ ਸਿਸਟਰ ਦਾ ਘਰ ਬਰਬਾਦ ਨਹੀਂ ਕਰਨਾ ਚਾਹੁੰਦੀ ਸੀ ਮੇਰੇ ਦਿਲ ਵਿੱਚ ਵਿਕਰਮ ਲਈ ਕੋਈ ਫੀਲਿੰਗਸ ਨਹੀਂ ਹੈ ਉਹ ਮੇਰੇ ਲਈ ਸਿਰਫ ਮਹਿਰ ਦਾ ਹਸਬੈਂਡ ਹੈ ਇਸ ਤੋਂ ਜ਼ਿਆਦਾ ਕੁਛ ਵੀ ਨਹੀਂ ਸਹਿਜ ਤੂੰ ਹਮੇਸ਼ਾ ਮੈਨੂੰ ਕਹਿੰਦੀ ਸੀ ਨਾ ਕਿ ਕਲਿਆਣੀ ਦੀ ਮੈਨੂੰ ਤੁਹਾਡੇ 'ਚ ਆਪਣੀ ਵੀਰ ਜੇ ਨਜ਼ਰ ਆਉਂਦੇ ਆ ਤੇ ਸ਼ਾਇਦ ਪਿਛਲੇ ਜਨਮ ਦੇ ਵਿੱਚ ਕਲਿਆਣੀ ਦੀ ਤੁਸੀਂ ਮੇਰੀ ਵੱਡੀ ਸਿਸਟਰ ਹੋਵੋਗੀ ਤੂੰ ਆਪਣੀ ਦੀ ਦੇ ਨਾਲ ਐਵੇਂ ਟ੍ਰੀਟ ਕਰੇਂਗੀ ਸਹਿਜ ਤੂੰ ਆਪਣੀ ਕਲਿਆਣੀ ਦੀ ਉੱਤੇ ਜ਼ਰਾ ਭਰੋਸਾ ਨਹੀਂ ਕਰਦੀ ਮੈਂ ਸੱਚੀ ਕਹਾਣਾ ਤਾਂ ਮੈਨੂੰ ਡਰ ਸੀ ਕਿ ਤੁਸੀਂ ਮੈਨੂੰ ਕਿਤੇ ਗਲਤ ਨਾ ਸਮਝੋ ਸਹਿਜ ਗਲਤ ਤਾਂ ਮੈਂ ਤੈਨੂੰ ਉਦੋਂ ਵੀ ਨਹੀਂ ਸਮਝਿਆ ਸੀ ਜਦੋਂ ਤੋਂ ਵਿਕਰਮ ਨੂੰ ਅਰੈਸਟ ਕਰਨ ਦੀ ਗੱਲ ਕੀਤੀ ਸੀ ਹਾਲਾਂਕਿ ਵਿਕਰਮ ਨੂੰ ਬਚਾਉਣ ਲਈ ਮੈਂ ਦਿਨ ਰਾਤ ਇੱਕ ਕਰ ਦਿੱਤਾ ਸੀ ਬਟ ਮੈਂ ਫਿਰ ਵੀ ਤੈਨੂੰ ਵਿਕਰਮ ਨੂੰ ਅਰੈਸਟ ਕਰਨ ਤੋਂ ਮਨਾ ਨਹੀਂ ਕੀਤਾ ਤੈਨੂੰ ਕੀ ਲੱਗਦਾ ਕਿ ਮੈਨੂੰ ਸਹਿਜ ਵੀਰ ਬਾਰੇ ਪਤਾ ਨਹੀਂ ਹੈ ਕਿ ਉਹ ਕਿੰਨੀ ਇਮਾਨਦਾਰ ਹੈ ਅਤੇ ਉਹਦਾ ਦਿਲ ਕਿੰਨਾ ਸਾਫ਼ ਹੈ ਤੂੰ ਥੋੜ੍ਹਾ ਬਹੁਤ ਤਾਂ ਭਰੋਸਾ ਰੱਖਦੀ ਮੇਰੇ 'ਤੇ ਦੀਪ ਮੇਰੀ ਗੱਲ ਧਿਆਨ ਨਾਲ ਸੁਣ ਸਹਿਜ ਜੇ ਤੈਨੂੰ ਇੱਕ ਵਾਰ ਪਿਆਰ 'ਚ ਧੋਖਾ ਮਿਲ ਚੁੱਕਿਆ ਤਾਂ ਮਤਲਬ ਇਹ ਨਹੀਂ ਹੈ ਕਿ ਹਰ ਵਾਰ ਤੈਨੂੰ ਪਿਆਰ 'ਚ ਧੋਖਾ ਮਿਲੇਗਾ ਅਤੇ ਹਰ ਇਨਸਾਨ ਵਿਕਰਮ ਦੇ ਵਾਂਗ ਗਲਤ ਹੋਏਗਾ ਵਿਕਰਮ ਦੇ ਨਾਲ ਤੇਰਾ ਜੋ ਕੁਛ ਵੀ ਸੀ ਉਹ ਇੱਕ ਵਹਿਮ ਸੀ ਸਹਿਜ ਉਹ ਪਿਆਰ ਨਹੀਂ ਸੀ ਪਰ ਕਬੀਰ ਦੇ ਨਾਲ ਜੋ ਕੁਛ ਵੀ ਹੈ ਨਾ ਉਹ ਤੇਰਾ ਵਹਿਮ ਨਹੀਂ ਤੇਰਾ ਪਿਆਰ ਹੈ ਮੈਂ ਤੇਰੀ ਅੱਖਾਂ ਦੇ ਵਿੱਚ ਕਬੀਰ ਲਈ ਪਿਆਰ ਦੇਖ ਸਕਦੀ ਹਾਂ ਸਹਿਜ ਸਹਿਜ ਤੈਨੂੰ ਆਪਣੀ ਫੀਲਿੰਗਸ ਦਾ ਖੁਦ ਵੀ ਅਹਿਸਾਸ ਨਹੀਂ ਹੈ ਹੁਣੇ ਡਾਊਨਲੋਡ ਕਰੋ Z5 ਐਪ ਤੇ ਵੇਖੋ ਆਪਣੇ ਪਸੰਦੀਦਾ ਸ਼ੋਜ਼ ਦੇ ਸਾਰੇ ਐਪੀਸੋਡ ਕਿਤੇ ਵੀ ਕਦੇ ਵੀ ਬਿਲਕੁਲ ਮੁਫਤ